ਪਠਾਨਕੋਟ ਦੇ ਨਰੋੜ ਥਾਣੇ ਹੇਠ ਆਉਂਦਿਆਂ ਕੋਲੀਆਂ ਨਾਕੇ ਦੇ ਵਿਖੇ ਥਾਣਾ ਨਰੂਟ ਦੇ SHO ਦੇ ਵੱਲੋਂ ਆਪਣੇ ਹੇਠ ਕੰਮ ਕਰ ਰਹੇ ਇੱਕ ASI ਦੇ ਨਾਲ ਕੁੱਟਮਾਰ ਕੀਤੀ ਗਈ। ਦੱਸਦੇ ਕਿ ASI ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਤੇ ਪੀੜਤ ASI ਨੇ ਦੱਸਿਆ ਕਿ ਰਾਤ ਦੇ ਸਮੇਂ ਉਹ ਕੋਲੀਆਂ ਨਾਕੇ ਤੇ ਡਿਊਟੀ ਦੇ ਰਿਹਾ ਸੀ ਅਤੇ ਉੱਥੇ ਤੈਨਾਤ ਮੁਲਾਜ਼ਮ ਇੱਕ ਦੂਜੇ ਨੂੰ ਰੈਸਟ ਦੇਣ ਦੇ ਲਈ ਕੁੱਝ ਸਮੇਂ ਬਾਅਦ 1 ਘੰਟੇ ਦੀ ਰੈਸਟ ਕਰ ਰਹੇ ਸਨ। ਰਾਤ 2 ਵਜੇ ਦੇ ਕਰੀਬ ਨਰੋਲ ਜਮਲ ਸਿੰਘ ਨੇ SHO ਦੇ ਨਾਕੇ ਤੇ ਆ ਕੇ ਬਿਨਾਂ ਕੁਛ ਦੱਸੇ ਹੀ ਉਹਨਾਂ ਤੇ ਹਮਲਾ ਕਰ ਦਿੱਤਾ ਅਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਅਧਿਕਾਰੀਆਂ ਦੇ ਵੱਲੋਂ SHO ਅਤੇ 2 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਸਰ ਕੋਈ ਨਹੀਂ ਜੀ, ਮਤਲਬ ਬਿਨਾਂ ਕੰਮ ਤੋਂ ਆ ਕੇ ਮਤਲਬ ਮਾਰਨਾ ਕੁੱਟਣਾ ਸ਼ੁਰੂ ਕਰਤਾ ਜੀ। SHO ਵੱਲੋਂ ਮਾਰਿਆ ਗਿਆ? ਹਾਂਜੀ ਹਾਂਜੀ। ਕੀ ਨਾਮ ਕੀ ਉਹਨਾਂ ਦਾ? ਸਰਬਜੀਤ ਸਿੰਘ ਨਾਮ। ਤੇ ਕਿੱਥੇ ਤੈਨਾਤ ਕਿੱਥੇ ਨੇ ਉਹ? ਇਹ ਨੋੜੀ ਗਾਮ ਸਿੰਘ ਠਾਣੇ ਲੱਗਿਆ ਜੀ। ਤੇ ਕਾਰਨ ਕੋਈ ਨਹੀਂ ਦੱਸਿਆ ਕਿ ਕਿਸ ਵੱਲੋਂ ਤੁਹਾਨੂੰ ਮਾਰ ਕੁੱਟ ਰਹੇ ਨੇ? ਨਹੀਂ ਦੱਸਿਆ ਜੀ। ਮੈਂ ਜਦੋਂ 8 ਨੂੰ ਲਗਾ ਮਾਰ ਕੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕਿਸੇ ਜੀ ਨਾਲ ਤੁਸੀਂ ਡਾਂਗ ਮਾਰ ਰਹੇ ਹੋ? ਕਹਿੰਦੇ ਦਬ ਲਓ ਜੀ ਇਹਨੂੰ। 2 ਗਨ ਮਾਰਾ ਕੇ ਪਿੱਛੇ ਮੁੜੇ ਝਪਾਟਾ ਮਾਰ ਕੇ ਫੜ ਲਿਆ ਦਬਲਿਆ ਨੇ। ਡਰਾਈਵਰ ਨੇ, ਇੱਕ ਡਰਾਈਵਰ ਜੀ ਉਹ ਮੈਨੂੰ ਪਿੱਛੇ ਲੱਕ ਤੋਂ ਫੜ ਕੇ ਸੱਤ ਥੱਲੇ ਸੱਟ ਲਿਆ ਜੀ। ਵੱਡੇ ਅਫਸਰਾਂ ਦੀ ਕੰਪਲੇਂਟ ਕੀਤੀ ਸੀ? ਹਾਂਜੀ ਕੀਤੀ ਹੈ ਜੀ। ਕੀ ਕਹਿਣਾ ਉਹਨਾਂ ਦਾ? ਉਹ ਕਹਿੰਦੇ ਕੋਈ ਨਹੀਂ ਤੁਹਾਡੇ ਕਾਗਜ਼ ਦੇ ਕਰਨੇ ਆ ਜੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਸਰ ਐਮਆਈ ਹੁਣ ਸਵੇਰੇ ਮਿਲਣੀ ਹੈ ਜੀ, ਅੱਜ ਨਹੀਂ ਮਿਲੀ ਨਹੀਂ ਜੀ। ਸਰ ਸੁਮਿਤਾ ਕੁਮਾਰੀ, ਵਾਈਫ ਆਫ ਫਰਜਲ ਸਿੰਘ। ਸਰ ਸਵੇਰੇ ਡਿਊਟੀ ਤੋਂ ਆਏ ਆ 8 ਵਜੇ ਔਰ ਕਾਫੀ ਸੱਟਾਂ ਸੁੱਟਾਂ ਲੱਗੀਆਂ ਹੋਈਆਂ ਸੀ। ਮੈਂ ਇਹਨਾਂ ਨੂੰ ਪੁੱਛਿਆ, ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਇਸ ਤਰ੍ਹਾਂ ਗੱਲ ਹੋ ਗਈ ਹੈ ਰਾਤ ਨੂੰ। ਫਿਰ ਇਹਨਾਂ ਨੂੰ ਲੈ ਕੇ ਆਏ, ਕਹਿੰਦੇ ਕਿ SP ਸਰ ਨੇ ਕਿਹਾ ਕਿ ਜਾ ਕੇ ਤੁਸੀਂ ਆਪਣਾ ਮੈਡੀਕਲ ਕਰਵਾਓ। ਕਹਿੰਦੇ ਮੈਂ ਕਹਿੰਦੀ ਸਰ ਨਾਲ ਗੱਲ ਕੀਤੀ? ਕਹਿੰਦੇ ਹਾਂਜੀ ਸਰ ਨਾਲ ਮੇਰੀ ਗੱਲ ਹੋਈ ਹੈ, 4:30 ਵਜੇ ਸਵੇਰੇ ਗੱਲ ਹੋ ਗਈ ਮੇਰੀ। ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਆਪਣਾ ਚੈੱਕਅਪ ਕਰਵਾਓ ਅਤੇ ਸਾਨੂੰ ਅਸੀਂ ਬੰਦੇ ਕਾਰਵਾਈ ਦੇ ਉੱਤੇ ਕਰਨੇ ਆ। ਸਰ ਅਸੀਂ ਮਤਲਬ ਆਪਣੇ ਇੱਥੇ ਆ ਕੇ ਐਡਮਿਟ ਹੋਏ ਹਾਂ, 8 ਵਜੇ ਤੋਂ ਬਾਅਦ ਐਡਮਿਟ ਹੋ ਗਏ ਹਾਂ। ਉਸ ਤੋਂ ਬਾਅਦ ਇੰਸਪੈਕਟਰ ਸਰ ਆਏ ਆ, 2 ਹੋਰ ਵੀ ਮੁਲਾਜ਼ਮ ਸੀਗੇ ਨਾਲ, ਪਰ ਕੋਈ ਵੀ ਸਾਨੂੰ ਅੱਛਾ ਰਿਸਪੋਂਸ ਨਹੀਂ ਮਿਲਿਆ। ਜਦੋਂ ਕਿ ਉਹਨਾਂ ਨੇ ਮਤਲਬ ਸਾਨੂੰ ਅਸੀਂ ਮਤਲਬ ਆਪਣੇ ਦੇਖਿਆ, ਮਤਲਬ 2:30-3 ਵਜੇ ਤੱਕ ਦੇਖਿਆ ਅਸੀਂ ਕਿ ਚਲੋ ਕੋਈ ਆਪਣਾ ਆਉਂਦੇ। ਫਿਰ ਮੈਂ ਉਸ ਤੋਂ ਬਾਅਦ ਇਹਨਾਂ ਨੂੰ ਕਿਹਾ ਕਿ ਐਪਲੀਕੇਸ਼ਨ, ਉਹ ਕਹਿੰਦੇ ਤੁਸੀਂ ਐਪਲੀਕੇਸ਼ਨ ਥਾਣੇ 'ਚ ਦੇ ਦਿਓ। ਅਸੀਂ ਕਿਹਾ ਕਿ ਅਸੀਂ ਥਾਣੇ 'ਚ ਐਪਲੀਕੇਸ਼ਨ ਨਹੀਂ ਦੇਣੀ, ਅਸੀਂ ਵੀ ਸਰ ਨੂੰ ਸਿੱਧੇ ਮਿਲਾਂਗੇ। ਸਰ ਇਹਨਾਂ ਨੇ ਐਪਲੀਕੇਸ਼ਨ ਲਿਖ ਕੇ ਦਿੱਤੀ ਔਰ ਮੈਂ ਔਰ ਬੇਟਾ ਮੇਰਾ SP ਸਰ ਕੋਲ ਗਏ। ਸਰ SP ਸਰ ਤੇ ਕਿਤੇ ਬਾਹਰ ਗਏ ਹੋਏ ਇਹ, ਲੇਕਿਨ ਅਸੀਂ ਉਹਨਾਂ ਨੂੰ ਫੋਨ ਕਰ। ਐਪਲੀਕੇਸ਼ਨ ਕਿਹਨੂੰ ਦਿੱਤੀ ਹੈਗੀ? ਸਰ DSP ਸਰ। ਕੌਣ ਹੈਗੇ, ਕੀ ਨਾਮ ਹੈ? ਸਰ ਉਹਨਾਂ ਦਾ ਨਾਮ ਹੈ ਹਰਕ੍ਰਿਸ਼ਨ ਸਰ। ਕਾਰਵਾਈ ਹੋਈ ਕੋਈ? ਹਾਂਜੀ ਸਰ, ਸਰ ਉਹ ਆਏ ਆ, ਆਪਣੀ ਕਾਰਵਾਈ ਬੰਦੀ ਕੀਤੀ ਹੈ। ਉਹਨਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ, ਉਹ SP ਸਰ ਨੇ ਵੀ ਉਹਨਾਂ ਨੂੰ ਕਾਫੀ ਮਤਲਬ ਕੋਆਪਰੇਟ ਕੀਤਾ ਸਾਡੇ ਨਾਲ, ਔਰ ਉਹਨਾਂ ਨੇ ਸਾਨੂੰ ਭਰੋਸਾ ਦਿਲਾਇਆ ਕਿ ਅਸੀਂ ਉਹਨਾਂ ਨਾਲ ਪੂਰੀ ਬੰਦੀ ਕਾਰਵਾਈ ਕਰੀ। ਇਸ ਸੰਬੰਧ ਵਿੱਚ ਜਿਹੜੀ ਆਪਣੀ ਪੂਰੀ ਤਹਿਕੀਕਤ ਕਰ ਰਹੇ ਹਾਂ ਅਤੇ ਜਿਹੜਾ ਆਪਣਾ ਮੁਲਾਜ਼ਮ ਦੇ ਨਾਲ ਕੁੱਟਮਾਰ ਹੋਈ ਹੈ, ਮੇਰੀ ਉਹਦੇ ਨਾਲ ਵੀ ਗੱਲਬਾਤ ਹੋਈ ਹੈ, ਔਰ ਜੋ ਕਿ ਬਹੁਤ ਹੀ ਮਾੜੀ ਘਟਨਾ ਹੈ। ਜੇਕਰ ਗੱਲਬਾਤ ਸੀ, ਜੇਕਰ ਭਾਵੇਂ ਡਿਊਟੀ 'ਤੇ ਸੁੱਤਾ ਪਾਇਆ ਗਿਆ ਸੀ ਅਤੇ SHO ਨੂੰ ਅਵੇਅਰ ਨਹੀਂ ਸੀ ਕਰਨਾ ਚਾਹੀਦਾ, ਡਿਸਿਪਲਿਨ ਕੋਰਸਰ ਮੈਂਬਰ ਉਹਦੇ ਖਿਲਾਫ਼ ਲਿਖਤ ਦੇਣਾ ਚਾਹੀਦਾ ਸੀ। ਸੋ ਜਿਹੜੀ ਉਹਨਾਂ ਨੇ ਇਹਨਾਂ ਨੂੰ ਕੁੱਟਮਾਰ ਕੀਤੀ ਹੈ, ਉਹਦੇ ਸੰਬੰਧ ਵਿੱਚ ਜਿਹੜਾ SHO ਅਤੇ ਉਹਦੇ ਗੰਨਮੈਨਾਂ ਨੂੰ ਅਸੀਂ ਸਸਪੈਂਡ ਕਰਕੇ ਪੁਲਿਸ ਨਾਲ ਹੱਲ ਕਰ ਦਿੱਤਾ ਅਤੇ ਬਾਕੀ ਜਿਹੜੀ ਇਨਵੈਸਟੀਗੇਸ਼ਨ ਮਿਲ ਜਾਏ।